ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਸੀਂ ਅੱਜ ਆਏ ਹਾਂ ਪਿੰਡ ਨਾਗਰ ਵਾਲੇ ਦੀ ਜ਼ਮੀਨ ਦੇ ਵਿੱਚ, ਜਿੱਥੇ ਆਪਾਂ ਆਪਣੀ ਸੰਸਥਾ AWPL ਦੇ ਪ੍ਰੋਡਕਟ ਪਾਏ ਸੀ ਅਤੇ ਝੋਨਾ ਤੁਹਾਨੂੰ ਦਿਖਾਉਂਦੇ ਹਾਂ। ਇਹ ਝੋਨਾ ਹੈ ਜਿਹੜਾ ਜਿਹਦੇ ਵਿੱਚ ਆਪਾਂ ਪ੍ਰੋਡਕਟ ਪਵਾਏ ਨੇ, ਅਤੇ ਇਹ ਵੱਟ ਨਾਲ ਵੱਟ ਹੈ ਜਿਹਦੇ ਵਿੱਚ ਨਹੀਂ ਪਾਏ ਹੋਏ। ਪਰ ਇਹ ਜਿਹਦੇ ਵਿੱਚ ਨਹੀਂ ਪਾਏ ਹੋਏ ਇਹ ਝੋਨਾ 10 ਦਿਨ 12 ਪਹਿਲਾਂ ਲੱਗਿਆ ਹੋਇਆ, ਅਤੇ ਇਹ ਵਾਲਾ ਝੋਨਾ ਜਿਹੜਾ ਹੈ ਇਹ 10 ਦਿਨ ਲੇਟ ਲੱਗਿਆ ਹੋਇਆ। ਪਰ ਇਹ ਅੱਜ ਇੱਦਾਂ ਲੱਗ ਰਿਹਾ ਵੀ ਜਿਵੇਂ ਇਹ ਪਹਿਲਾਂ ਲੱਗਿਆ ਹੋਵੇ ਅਤੇ ਇਹ ਲੇਟ ਲੱਗਿਆ ਹੋਵੇ। ਇੱਕ ਤਾਂ ਬੂਟੇ ਦੀ ਗਰੋਥ ਦੇਖੋ, ਬੂਟਾ ਬਹੁਤ ਮੋਟਾ ਬਣਿਆ ਤਣਾ, ਅਤੇ ਦੂਜਾ ਨੰਬਰ ਜਿਹੜਾ ਬੂਟਾ ਹੈ ਵੱਡਾ ਬਣਿਆ ਹੈ। ਅਤੇ ਆਪਾਂ ਉਹ ਤੁਹਾਨੂੰ ਉਸ ਕਿਸਾਨ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਪ੍ਰੋਡਕਟ ਆਪਣੇ ਵਿਸ਼ਵਾਸ 'ਤੇ ਪਾਏ ਨੇ, ਅਤੇ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ। ਸਰ ਕਿਹੜੇ ਪ੍ਰੋਡਕਟ ਪਾਏ ਸੀ? ਇਕੋਰਿਆਲੀ 99 ਐਗਰੋ 19 ਹਾਂਜੀ, ਅਤੇ ਪੂਵਿਟਾ। ਹਾਂਜੀ ਪੂਵਿਟਾ। ਅਤੇ ਕਿਵੇਂ ਲੱਗ ਰਿਹਾ? ਝੋਨਾ ਬਿਲਕੁਲ ਵਧੀਆ ਹੈ। ਆਪਣੇ ਗੁਆਂਢੀ ਨੇ ਆਪਣੇ ਨਾਲ 10 ਦਿਨ ਪਹਿਲਾਂ ਲਾਇਆ ਸੀਗਾ ਅਤੇ ਆਪਾਂ ਇਹਨਾਂ ਨੂੰ 10 ਦਿਨ ਪਿੱਛੇ ਲਾਇਆ ਹੈ। ਠੀਕ ਹੈ। ਅਤੇ ਆਪਣਾ ਰਿਜ਼ਲਟ ਵਧੀਆ ਮਿਲਿਆ ਬਿਲਕੁਲ। ਆਹ ਵੇਖ ਸਕਦੇ ਹੋ ਝੋਨਾ ਬਹੁਤ ਵਧੀਆ ਵੇਖ ਸਕਦੇ ਹੋ, ਅਤੇ ਇਹ ਨਾਲ ਜਿਹੜਾ 10 ਦਿਨ ਪਹਿਲਾਂ ਲੱਗਿਆ ਹੋਇਆ ਇਹ ਵੀ ਦੇਖ ਸਕਦੇ ਹੋ, ਵੱਟ ਨਾ ਵੱਟ ਹੈ। ਅਤੇ ਸਰ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ? ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ, ਅਤੇ ਇਹ ਤੋਂ ਬਾਅਦ ਅਗਰ ਝੋਨਾ ਲਾਉਣਾ ਰਬੀ ਵਾਲਾ ਅਤੇ ਮਿਰਚਾਂ ਵਾਲਾ ਲਾਉਣਾ ਵੀ ਪ੍ਰੋਜੈਕਟ ਪਾਵਾਂਗੇ। ਝੋਨੇ ਦੇ ਬਹੁਤ ਵਧੀਆ ਰਿਜ਼ਲਟ ਹੈ ਦਵਾਈ ਦਾ। ਮੈਂ ਤਾਂ ਕਹਿੰਦਾ ਜਿਹੜੇ ਕਿਸਾਨ ਵੀ ਰਹੇ ਆ ਉਹ ਵੀ ਇਹ ਪ੍ਰੋਜੈਕਟ ਵਰਤਣ। ਆਪਣਾ ਸਰ ਨਾਂ ਕੀ ਹੈ? ਮੇਰਾ ਨਾਮ ਗੁਰਮੇਲ ਸਿੰਘ। ਪਿੰਡ ਆਪਣਾ ਕਿਹੜਾ? ਪਿੰਡ ਆਪਣਾ ਨਾਗਰ ਵਾਲਾ। ਠੀਕ ਹੈ ਜੀ, ਧੰਨਵਾਦ। ਕੋਈ ਅਤੇ ਦੂਸਰੇ ਕਿਸਾਨਾਂ ਨੂੰ ਕੀ ਸੁਨੇਹਾ ਦਿਓਗੇ? ਆਪਾਂ ਇਹ ਤਾਂ ਕਹਾਂਗੇ, ਆ ਮੇਰਾ ਗੁਆਂਢੀ ਕਹਿੰਦਾ ਸੀ ਦਵਾਈ ਤੋਂ ਕਿੱਥੋਂ ਲਿਆਉਂਦੀ ਆ, ਅਤੇ ਆਪਾਂ ਉਹਨੂੰ ਵੀ ਮੰਨ ਕੇ ਚੱਲ ਕਹਿ ਦਾਂਗੇ ਵੀ ਆਹ ਪ੍ਰੋਜੈਕਟ ਵਰਤੋ ਅਤੇ ਬੂਟਾ ਵੀ ਨਾਲ ਵਧੀਆ। ਸਾਰੇ ਕਿਸਾਨਾਂ ਨੂੰ ਪਾਉਣਾ ਚਾਹੀਦਾ ਨਾ? ਹਾਂਜੀ ਹਾਂਜੀ ਬਿਲਕੁਲ ਜੀ। ਥੈਂਕ ਯੂ ਜੀ। ਰਿਜ਼ਲਟ ਆਪਣੇ ਆ ਕੇ ਦੇਖ ਲੈਣ। ਹਾਂਜੀ ਹਾਂਜੀ ਠੀਕ ਹੈ ਜੀ, ਧੰਨਵਾਦ।